ਜਿਹੜੇ ਸਾਡੇ ਨਾਲ ਹੋ ਗਏ, ਇੱਕ ਗਲੋਵਰ, ਛੋਟੀ ਟਿਸ਼ੂ ਪੇਪਰ ਵੀ ਖਾ ਗਈ ਨਾਲ ਹੀ। ਸਰਪ੍ਰਾਈਜ਼ ਕਿੱਦਾਂ ਲੱਗਿਆ ਸਾਡਾ? ਐਵਰੀਵਨ, ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ ਗੁਰਜਾਸ ਵਲੌਗ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਕੱਲ੍ਹ ਅਸੀਂ ਹੋਲੀ ਬਹੁਤ ਖੇਲੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ। ਅਤੇ ਹੁਣ ਹੋ ਗਈ ਆ ਮੋਰਨਿੰਗ, ਪਹਿਲਾਂ ਮੈਂ ਜਾਣਾ ਕਾਲਜ, ਫਿਰ ਅਸੀਂ ਜਾਣਾ ਘਰ ਵਾਪਸ ਹੁਸ਼ਿਆਰਪੁਰ। ਅਤੇ ਹੁਣ ਮੈਂ ਹੋ ਗਈ ਹਾਂ ਰੈਡੀ। ਖਾਲੀ ਰੋਟੀ ਚਲੀ ਪਈ, ਰੋਟੀ ਖਾ ਲਈ, ਹੁਣ ਸਭ ਨੂੰ ਰੋਟੀ ਖਿਲਾ ਰਹੇ। ਪਹਿਲਾਂ ਜਾਣਾ ਆਪਾਂ ਹੋਸਪਿਟਲ, ਹੈ ਨਾ, ਡੈਡੀ ਨੂੰ ਦਵਾਈ ਲੈ ਕੇ ਦੇਣੀ। ਡੈਡੀ ਦੇ ਮੋਢੇ ਨੂੰ ਕੀ ਹੋਇਆ? ਪਹਿਲਾਂ ਦਵਾਈ ਲੈਣ ਜਾਣਾ ਸੱਗੂ ਮੈਡਮ ਕਹਿੰਦੀ, ਪਹਿਲਾਂ ਮੈਨੂੰ ਰੋਟੀ ਖਿਲਾਓ। ਪਹਿਲਾਂ ਤੁਸੀਂ ਬੰਦੂਕ ਨਾਲ ਹੋਲੀ ਖੇਲੀ ਹੈ ਇੱਕ ਵਾਰੀ? ਚਿੱਟੀ ਪਈ ਹੈ ਵਿਚਾਰੀ। ਇੱਧਰ ਮੰਮੀ ਰੋਟੀ ਬਣਾ ਰਹੀ ਹੈ। ਲੋ ਜੀ, ਹੁਣ ਅਸੀਂ ਚੱਲੇ ਹਾਂ ਘਰੋਂ, ਪਹਿਲਾਂ ਜਾਣਾ ਦਵਾਈ ਲੈਣ ਡੈਡੀ ਦੀ। ਡੈਡੀ ਹੁਣੇ ਚੱਲੇ। ਮੰਮੀ ਨੇ ਚਾਹ ਦੇਖੋ ਕਿੱਡੇ ਭਾਂਡੇ 'ਚ ਪਾ ਕੇ ਦਿੱਤੀ। ਸਿਰ ਢੱਕਣਾ। ਚਲੋ ਬਾਬਾ ਜੀ ਦੇ ਦਰਸ਼ਨ ਹੋ ਗਏ। ਲੋ ਜੀ, ਆਪਾਂ ਪਹੁੰਚ ਗਏ ਹੋਸਪਿਟਲ ਸਿਵਲ। ਡੈਡੀ ਲੱਗੇ ਲਾਈਨ ਹੋ ਜਾਣਾ ਡੈਡੀ, ਕੋਈ ਨੀ ਲੰਘ ਜਾਣਾ ਬਸ ਮਾੜੇ ਸ਼ਾਇਦ। ਰਵੀ ਔਖਾ ਹੋ ਗਿਆ ਹੈ ਰਵੀ। ਬਾਬੇ ਤੇਰਾ ਰੰਗ ਦਿਖ ਰਿਹਾ ਹਜੇ ਤੱਕ ਕੰਨ 'ਚੋਂ। ਡੈਡੀ ਦਾ ਕਰਾਉਣਾ ਹੁਣ ਆਪਾਂ ਨੇ ਐਕਸਰਾ। ਡੈਡੀ ਵਿਚਾਰਾ ਉਹ ਖੜਾ ਉੱਧਰ, ਖੜਾ ਕੇ ਆਇਆ ਯਾਰ ਅੱਜ ਦਾ ਭੀੜ ਤਾਂ ਦੇਖ ਬਾਬੇ ਕਿੰਨੀ ਲੱਗੇ। ਡੈਡੀ ਦਾ ਐਕਸਰਾ ਕਰਾਉਣ ਬਈ ਰਵੀ ਵਿਚਾਰਾ। ਰਵੀਆ ਲੈ ਜਾ ਫੋਨ, ਬਾਈ ਉਹ ਨਹੀਂ ਆ ਗਈ, ਉਹਨਾਂ ਨੂੰ ਫੜਾ ਦੇ ਫੋਨ। ਹਜੇ ਡੈਡੀ ਦਾ ਟਾਈਮ ਲੱਗੂਗਾ ਐਕਸਰਾ ਕਰਾਉਣ ਨੂੰ। ਆ ਲੈ ਜਾ। ਲਓ ਜੀ, ਸੁਰਵੀ ਸਾਨੂੰ ਮਿਲ ਗਈ ਹੈ ਅਤੇ ਅਸੀਂ ਚੱਲੇ ਹਾਂ ਹੁਣ ਕਾਲਜ, ਕਿਉਂਕਿ ਮੇਰੇ ਫੀਸ ਡਿਪੋਜ਼ਿਟ ਕਰਾਉਣੀ ਸੀ, ਇਸ ਕਰਕੇ ਆਪਾਂ ਕਾਲਜ ਚੱਲੇ ਹਾਂ। ਅਤੇ ਛੋਟੀ ਡੈਡੀ ਉਹਨਾਂ ਤੋਂ ਰੁਕੀ ਹੈ ਕਿਉਂਕਿ ਡੈਡੀ ਨੂੰ ਹੋਸਪਿਟਲ ਤੋਂ ਮੈਡੀਸਿਨ ਲੈਣੀ ਸੀ। ਛੋਟੀ ਦਵਾਈ ਦੇ ਕੇ ਡੈਡੀ ਨੂੰ ਐਕਸਰੇ ਕਰਾ ਤਾ ਡੈਡੀ ਦਾ, ਅਤੇ ਮੈਡੀਸਿਨ ਲਿਖ ਤੀ ਡਾਕਟਰ ਨੇ। ਉਸ ਤੋਂ ਬਾਅਦ ਮੈਡੀਸਿਨ ਲੈ ਕੇ ਫਿਰ ਡੈਡੀ ਘਰ ਜਾਊਗੇ, ਫਿਰ ਛੋਟੀ ਇੱਧਰ ਨੂੰ ਵਾਪਸ ਆਊਗੀ। ਉਨੇ ਟਾਈਮ ਸਾਡਾ ਕਾਲਜ ਦਾ ਕੰਮ ਨਿਬੜ ਜਾਣਾ, ਬਾਹਲਾ ਬਿਜ਼ੀ ਕੰਮ ਹੋਇਆ ਪਿਆ ਆਪਣਾ ਘਰ। ਫਿਰ ਉਸ ਤੋਂ ਬਾਅਦ ਅਸੀਂ ਜਾਣਾ ਹੁਸ਼ਿਆਰਪੁਰ 'ਚ, ਦੇਖੋ ਕਦੋਂ ਇੱਥੇ ਫ੍ਰੀ ਹੁੰਦੇ ਹਾਂ, ਕਿਉਂਕਿ ਕੱਲ੍ਹ ਸਾਨੂੰ ਕੰਮ ਆ, ਦੇਖੋ ਕੀ ਬਣਦਾ ਆਪਣਾ। ਸੁਰਵੀ ਮੈਡਮ ਦੇਖ ਲਓ, ਸੁਰਵੀ ਕਿੱਦਾਂ? ਫਿਰ ਵਧੀਆ, ਉਸ ਦਿਨ ਤਾਂ ਸਾਡੀ ਫੀਸ ਨਹੀਂ, ਪਰ ਵੀ ਦੂਜੀ ਵਾਰੀ ਫਿਰ ਚੱਲੇ ਆਪਾਂ। ਸਿਖਰ ਦਾ 12 ਹੋ ਗਿਆ, 12:30 ਇੱਕ ਵੱਜਣ ਵਾਲਾ, ਦੇਖੋ। ਲਓ ਜੀ, ਹੁਣ ਪਹੁੰਚ ਗਏ ਆਪਾਂ ਪਟਿਆਲੇ ਇਹਨਾਂ ਦੇ ਕਾਲਜ 'ਚ। ਫੀਸ ਜਮ੍ਹਾਂ ਕਰੇ, ਇਹਦਾ ਕਾਲਜ ਨਹੀਂ ਖੜਾ ਸਾਡਾ ਪਿਆ। ਮਿਲਦੇ ਆ ਫਿਰ ਤੁਹਾਨੂੰ, ਜਾ ਕੇ ਦੇਖਦੇ ਕੀ ਬਣਦਾ, ਸਾਇਨ ਸੂਨ ਕਰਾਉਣੇ ਇਹਨਾਂ ਨੇ, ਕਰਾ ਲਈਏ ਪਹਿਲਾਂ। ਮੈਂ ਤੇ ਸੁਰਵੀ ਆਉਂਦੇ ਹੀ ਪਹਿਲਾਂ ਫੋਟੋ ਸਟੇਟ ਕਰਾਉਣ ਚੱਲੇ, ਫੋਟੋ ਸਟੇਟ ਕਰਾ ਲਈਏ। ਮੈਨੂੰ ਪਤਾ ਨਹੀਂ ਅੱਜ ਕੰਮ ਬਣ ਜਾਵੇ, ਬਸ ਬਣੂਗਾ। ਹਾਂ ਉਹ ਹੀ ਤਾਂ ਬਣ ਜਾਵੇ, ਫਿਰ ਦੇਖੋ ਕਿੰਨਾ ਟਾਈਮ ਲੱਗਦਾ। ਛੋਟੀ ਨੇ ਬੱਸ ਲੈ ਲਈ, ਉਹ ਹੁਣ ਤੁਰ ਪਈ ਹੈ ਸੰਗਰੂਰ ਤੋਂ। ਇਹ ਫੋਨ ਕਰਕੇ ਸਮਝਾ ਰਹੇ ਸੀ ਕਿੱਥੇ ਦਿੱਤਾ ਨਾ, ਕਿਉਂਕਿ ਆਪਾਂ ਆ ਗਏ ਸੀ ਜਲਦੀ, ਫਿਰ ਸਾਡਾ ਕਾਲਜ ਬੰਦ ਹੋ ਜਾਣਾ ਸੀ। ਇਹਨੇ ਲੈਣੀ ਸੀ ਪਾਣੀ ਵਾਲੀ ਬੋਤਲ, ਹੁਣ ਪੀਓ ਹਨਾ। ਠੰਡੀ ਵਾਲੀ ਆ, ਗਰਮ ਕਰ ਦਾਂਗੇ ਅੰਦਰ, ਗਰਮ ਪੜਨਾ ਧੋ ਕੇ ਚਲੋ। ਪੌਣੇ ਘੰਟੇ ਚ ਮੈਨੂੰ ਇੱਥੇ ਲਾਤਾ ਪਾਣੀ ਪੀਣਾ, ਉਹ ਗੱਡੀ ਚ ਚਾਬੀ ਲੈ ਜਾਣੇ।
ਮੋਹਣ ਸਾਹਿਬ ਪਾਣੀ ਪੀਣਾ ਨੇ ਗੱਡੀ ਚ ਪਈ ਆ ਇੱਥੇ ਵਾਟਰ ਕੂਲਰ ਨਹੀਂ ਲੱਗਾ ਜਦੋਂ ਕਿੱਧਰੋਂ ਵਿੱਚ ਦੀ ਆਈ ਆ ਉਧਰ ਹੀ ਤਾਂ ਜਾਣਾ ਸੀ ਉੱਥੇ ਖੜ ਜਾਂਦੇ ਜੀਵ ਕੱਢ ਕੇ ਦਿਖਾ ਦਿੰਦੀ ਇੱਕ ਵਾਰ ਮੈਂ ਤਾਂ ਮੈਨੂੰ ਕੋਈ ਪਛਾਣਦਾ ਨੀ ਇਹਨਾਂ ਨੂੰ ਪਛਾਣ ਰਿਹਾ ਮੈਂ ਫੂਕ ਸਾਗੀ ਕੁੜੀ ਕਿਆ ਬਾਤ ਹੈ ਜਿਹੜਾ ਪੌਦਰ ਜਾਣਾ ਨਾ ਮੈਂ ਸੋਫੀ ਜੀ ਤੇ ਲੱਸੀ ਲੈ ਕੇ ਆਵਾਂਗੀ ਲੱਸੀ ਮੈਂ ਵੀ ਲੱਸੀ ਪੀਣੀ ਹੈ ਉੱਥੇ ਬੇਰ ਕਹੇਗਾ ਨਹੀਂ ਹੁਣ ਤਾਂ ਹੋ ਗਿਆ ਨਾ ਹਾਂ ਹੋ ਗਿਆ ਹੋ ਗਿਆ ਆ ਵੀ ਜਾਣੀ ਪੈਣਾ ਥੱਕ ਹੋਇਆ ਨਾ ਮੈਨੂੰ ਗੱਡੀ ਨਹੀਂ ਮਿਲਦੀ ਚਲੋ ਫਿਰ ਆਪਾਂ ਤਾਂ ਇੰਦਾ ਵੀ ਨਹੀਂ ਕਹਿ ਸਕਦੇ ਅੱਧੀ ਆਪਾਂ ਚਲਾ ਲਾਂਗੇ ਹਾਂ ਚਲ ਮੈਂ ਚਲਾ ਲਾਂ ਨੂੰ ਪਿੱਛੇ ਫੋਨ ਕਰਨਾ ਬੈਠਾ ਮੈਂ ਚਲਾ ਲਾਂ ਜਿੱਥੇ ਸੜਕ ਸਾਫ਼ ਹੋਈ ਬਾਬੇ ਮੋਟਰਸਾਈਕਲ ਦਾ ਸਿੱਧਾ ਚੱਲਦਾ ਨਹੀਂ ਗੱਡੀ ਕੌਣ ਨਹੀਂ ਚਾਹੁੰਦਾ ਉਹੀ ਮੈਂ ਭਾਬੀ ਉਹਨਾਂ ਨੂੰ ਤੇ ਮੰਮੀ ਨੂੰ ਤੇ ਲੈ ਗਿਆ ਸੀ ਉਹ ਬਸ ਕਿੱਥੇ ਲੈ ਗਿਆ ਜੀ ਗੱਡੀ ਮਾਸੀ ਦੀ ਗਏ ਹਾਂ ਮੋਟਰਸਾਈਕਲ ਤੇ ਹਾਂ ਫਿਰ ਗੱਡੀ ਤੇ ਨਹੀਂ ਉਹ ਜਿਹੜੇ ਉਹ ਸਾਫ਼ ਜੀ ਸੜਕ ਉੱਤੇ ਫੜਾ ਦੀ ਨਾਲੇ ਉੱਥੇ ਮੇਰੇ ਪਾਸ ਸੁਣ ਜਾ ਤੇ ਕੋਈ ਠੋਕੋ ਵੀ ਕਿਹੜਾ ਕੋਈ ਉੱਥੇ ਕਿਹੜਾ ਕੈਮਰਾ ਲੱਗੇ ਹੋਏ ਚੱਲੀਏ ਚੱਲੀਏ ਅਸੀਂ ਤੇ ਨਹੀਂ ਇੱਥੇ ਮਿਲੀ ਆ ਅੱਜ ਤਾਂ ਨਹੀਂ ਮਿਲੀ ਉੱਥੇ ਰਜਿੰਦਰ ਥੋੜੇ ਤੇ ਬੂਲ ਬੁਲਾਈ ਹੈਗਾ ਵੇਰੇ ਚਾਰੇ ਪਾਸੇ ਨਿਕਲ ਜਾਂਦਾ ਰਸਤਾ ਇਹਦਾ ਮੈਨੂੰ ਸਾਰੇ ਕੋਨੇ ਦਾ ਪਤਾ ਇੱਧਰ ਹਾਂ ਕਿਵੇਂ ਜਾਣਾ ਔਖਾ ਜਿਹਾ ਹੋਇਆ ਦੁਖੀ ਆਤਮਾ ਕੱਲ ਵੀ ਤੜਕੇ ਤੜਕੇ ਆ ਗਏ ਨਾ ਫਿਰ ਅੱਜ ਫਿਰ ਡੈਡੀ ਦੀ ਦਵਾਈ ਵੀ ਲੈਣੀ ਸੀ ਉੱਧਰ ਵੀ ਗਏ ਪਹਿਲਾਂ ਹੋਸਪਿਟਲ ਕਾਲਜ ਵੀ ਕਿੰਨਾ ਕੰਮ ਸੀ ਚਲੋ ਠੀਕ ਆ ਫਿਰ ਓਕੇ ਬਾਏ ਕਾਲਜ ਦਾ ਕੰਮ ਹੋ ਗਿਆ ਸੀ ਸਾਰਾ ਤੇ ਹੁਣ ਅਸੀਂ ਚੱਲੇ ਆ ਹੁਸ਼ਿਆਰਪੁਰ ਮਾਮੀ ਹੋਣਾ ਨੂੰ ਪਤਾ ਨੀ ਹੈਗਾ ਮਾਮੀ ਦਾ ਫੋਨ ਆਇਆ ਸੀ ਕਿੱਥੇ ਆ ਗਏ ਤੇ ਮੈਂ ਕਿਹਾ ਮਾਮੀ ਅਸੀਂ ਘਰ ਜਾ ਰਹੇ ਮਾਮੀ ਕਹਿੰਦੀ ਮੈਨੂੰ ਪਹਿਲੀ ਵਾਰ ਤੁਸੀਂ ਅੱਜ ਆਉਣਾ ਹੀ ਨਹੀਂ ਉਹਨਾਂ ਨੂੰ 100% ਆਪਾਂ ਕਨਫਰਮ ਕਰਾਤਾ ਅੱਜ ਨਹੀਂ ਆਪਾਂ ਹੁਸ਼ਿਆਰਪੁਰ ਆਉਂਦੇ ਪਰ ਉਹਨਾਂ ਨੂੰ ਪਤਾ ਨੀ ਹੁਣ ਜਾ ਕੇ ਸਿੱਧਾ ਪਟਾਕਾ ਫੋਨ ਪਹਿਲਾਂ ਤਾਂ ਆਪਾਂ ਰਸਤੇ ਚ ਰੁਕ ਕੇ ਕੁਛ ਖਾਵਾਂ ਪੀਵਾਂ ਕਿਉਂਕਿ ਸਵੇਰ ਦੇ ਦੂਰੇ ਹਨਾ ਹੁਣ ਦੂਜੀ ਲੋਕੇਸ਼ਨ ਤੇ ਆਏ ਆ ਦੇਖੋ ਇੱਥੇ ਕੀ ਬਣਦਾ ਕੀ ਖਾਓਗੇ ਤੁਸੀਂ ਜੀ ਇਹਨਾਂ ਨੇ ਹੁੰਦੇ ਨੂੰ ਆਪਣਾ ਕੰਮ ਕਰਤਾ ਇਹਨਾਂ ਦਾ ਫੋਨ ਹੋ ਗਿਆ ਸੀ ਫੋਨ ਬੰਦ ਹੋ ਗਿਆ ਸੀ ਇਹਨਾਂ ਦਾ ਚਲੋ ਪਹਿਲਾਂ ਹੈਂਡ ਵਾਸ਼ ਕਰੋ ਠੀਕ ਹੈ ਨਾ ਯੂਟੀਲਾਈਜ਼ ਕੀਤਾ ਟਾਇਰ ਮੇਰੀ ਗੱਲ ਸੁਣੋ ਆਪਾਂ ਵੀ ਘਰ ਜਦੋਂ ਸ਼ੈਂਕ ਬਣਾਉਣਾ ਗੱਡੀ ਦਾ ਟਾਇਰ ਕੱਢ ਰਹੇ ਗੱਡੀ ਦਾ ਟਾਇਰ ਕਿ ਮੋਟਰਸਾਈਕਲ ਦਾ
ਭੁੱਖ ਕਾਫੀ ਲੱਗੇ ਸੀਗੀ ਰਸਤੇ ਸਾਨੂੰ ਤੂੰ ਕੀ ਸ਼ੁਕਰੀਆ ਅਸੀਂ ਮਜ਼ਾਕ ਕਰਦਾ ਮਾਮੀ ਉਹਨਾਂ ਨਾਲ ਮਾਮੀ ਉਹਨਾਂ ਨੂੰ ਅਸੀਂ ਝੂਠ ਬੋਲਦਾ ਵੀ ਅਸੀਂ ਆਉਂਦੇ ਸਾਰੇ ਜਾਣੇ ਕਹਿੰਦੇ ਪ੍ਰੈਂਕ ਵਲੌਗ ਬਣਾਓ ਪ੍ਰੈਂਕ ਲੋ ਬਣ ਗਿਆ ਪ੍ਰੈਂਕ ਵਾਲਾ ਵਲੌਗ ਅੱਜ ਮਾਮਾ ਜੀ ਉਹਨਾਂ ਨਾਲ ਪ੍ਰੈਂਕ ਅੱਜ ਮਾਮਾ ਜੀ ਉਹਨਾਂ ਨਾਲ ਪ੍ਰੈਂਕ ਕਰਦਾ ਮਾਮੀ ਇਹਦੀ ਮੈਂ ਤਾਂ ਤੇ ਪਹਿਲੇ ਯਕੀਨ ਸੀ ਤੁਸੀਂ ਨਹੀਂ ਬਾਪ ਮਾਮੀ ਨੂੰ ਪੂਰਾ 100% ਅੱਡ ਦੀ ਯਕੀਨ ਦੀ ਵੀ ਆਉਂਦੇ ਨਹੀਂ ਮਾਮੀ ਇਹਦੀ ਛੋਟੀ ਨੂੰ ਕਹਿ ਰਹੀ ਸੀ ਮਾਮੀ ਕੀ ਕਹਿੰਦੀ ਛੋਟੀ ਠੀਕ ਹੈ ਆਈ ਛੋਟੀ ਆਈ ਨਹੀਂ ਉਹਨਾਂ ਨੂੰ ਪਤਾ ਹੀ ਸੀਗਾ ਵੀ ਛੋਟੀ ਨੇ ਆਉਣਾ ਨਹੀਂ ਫਗਵਾੜੇ ਤੋਂ ਹੁਸ਼ਿਆਰਪੁਰ ਰੋਡ ਤੇ ਪੈਂਦਾ ਰੈਸਟੋਰੈਂਟ ਸਾਨੂੰ ਪਤਾ ਨੀ ਕਿਹੜੀ ਲੋਕੇਸ਼ਨ ਬਾਕੀ ਖਾ ਪੀ ਕੇ ਪਤਾ ਲੱਗੂ ਜੀ ਆਪਣਾ ਆਰਡਰ ਤਾਂ ਬਾਅਦ ਵਿੱਚ ਆਊਗਾ ਤੇ ਪਹਿਲਾਂ ਪੀ ਲਈਏ ਕੋਕ ਕੋਕ ਬਿਸਕੀ ਵਾਲੇ ਕੀ ਕਹਿਣਾ ਕੋਕ ਵਾਲੇ ਮਿਸਟਰ ਨੇ ਆਪਣਾ ਫੋਨ ਚਾਰਜ ਲਗਾਇਆ ਸੀ ਤੇ ਸਾਡੇ ਨਾਲ ਹੋ ਗਈ ਗਲੋ ਲਾਈਟ ਹੀ ਚੱਲ ਗਈ ਆ ਗਈ ਆ ਗਈ ਆ ਗਈ ਆਈ ਨਹੀਂ ਇਨਵਰਟਰ ਦੇਖ ਲਓ ਤੁਹਾਡਾ ਫੋਨ ਕਿੰਨਾ ਲੱਕੀ ਹੈ ਲਾਈਟ ਹੀ ਬੁਝਾਤੀ ਬਰਗਰ ਆ ਗਏ ਬਰਗਰ ਚਲੋ ਫਿਰ ਚੱਕੋ ਬਰਗਰ ਲਓ ਜੀ ਅਸੀਂ ਤਾਂ ਸਾਰਿਆਂ ਨੇ ਬਰਗਰ ਖਾ ਲਿਆ ਉਹਦੀ ਰਬੜ ਖੁੱਲ ਗਈ ਇੱਧਰ ਸਾਡੇ ਬਰਗਰ ਦੇਖ ਲਓ ਉਹ ਵਿਚਾਰੀ ਇਹ ਆਪਣੀ ਸਕੀਮ ਲਾ ਰਹੇ ਆ ਕਿ ਪੀਜ਼ਾ ਖਾਣਾ ਪੀਜ਼ੇ ਲਈ ਜਗ੍ਹਾ ਹੋਣੀ ਚਾਹੀਦੀ ਹੈ ਤੇ ਕੋਲਡ ਡਰਿੰਕ ਸਾਨੂੰ ਪੀਣ ਨਹੀਂ ਦੇ ਰਹੇ ਆਪਣੇ ਵੱਲ ਬਹੁਤ ਰੱਖੀ ਪਈ ਆ ਪਟਾਕੇ ਦੀ ਆਵਾਜ਼ ਆਈ ਇਹਨਾਂ ਨੂੰ ਬਾਹਰ ਚੱਲ ਜਾਣੀ ਹੈ ਫੇਕੀ ਉੱਥੇ ਹੀ ਲਓ ਜੀ ਇਹਨਾਂ ਨੂੰ ਅੰਦਰ ਗਰਮੀ ਬਹੁਤ ਲੱਗ ਰਹੀ ਸੀ ਕਿ ਚਲੋ ਬਾਹਰ ਹੁਣ ਪਰ ਬਰਗਰ ਬਹੁਤ ਟੇਸਟੀ ਸੀ ਨਜ਼ਾਰਾ ਹੀ ਆ ਗਿਆ ਹੁਣ ਇੱਥੇ ਰੁਕਿਆ ਕਰਨਾ ਜਦੋਂ ਆਇਆ ਕਰਨਾ ਮੇਰੀ ਗੱਲ ਸੁਣ ਬਹੁਤ ਜ਼ਿਆਦਾ ਟੇਸਟੀ ਸੀ ਆਪਣਾ ਦਾਲ ਸਾਡਾ ਦੋਨਾਂ ਦਾ ਦਾਲ ਆ ਗਈ ਬਹੁਤ
ਚਲੋ ਤੁਸੀਂ ਤਾਂ ਮੇਰੀ ਗੱਲ ਤੁਹਾਨੂੰ ਚਿੱਲੀ ਫਲਿਕਸ ਨਾ ਸਿੱਟੋ ਹੁੰਦੀ ਮਿਕਸ ਅਪ ਕੰਮ ਰੱਖੋ ਕਿਆ ਬਾਤ ਹੈ ਗੱਲਬਾਤ ਐਂਡ ਕੀ ਪੈ ਤੂੰ ਚਿੱਲੀ ਫਲਿਕਸ ਨਹੀਂ ਚਲਾ ਕਰਦੇ ਕਿ ਮਿਰਚਾਂ ਪਾਉਂਦੀ ਮੇਰੇ ਦੁੱਧ ਦਾ ਪੜ ਬਣ ਮੇਰੇ ਮੂੰਹ 'ਚ ਤਾਂ ਪਾਣੀ ਆ ਗਿਆ ਮੈਂ ਵੀ ਆਕਰਮਣ ਕਰਾਂ ਜਾ ਕੇ ਖਾ ਰਹੇ ਹੁਣੇ ਹੁਣੇ ਸਾਡੇ ਨਾਲ ਹੋ ਗਈ ਇੱਕ ਗਲੋਰ ਛੋਟੀ ਟਿਸ਼ੂ ਪੇਪਰ ਵੀ ਖਾਓਗੀ ਨਾਲ ਹੀ ਆਹ ਇਹਨੂੰ ਪਤਾ ਲੱਗ ਗਿਆ ਟਿਸ਼ੂ ਪੇਪਰ ਇਹਨੇ ਨਾਲ ਹੀ ਕੱਢਤਾ ਤੈਨੂੰ ਕੀ ਲੱਗਾ ਚੀਜ਼ ਆ ਮੈਂ ਕਹਿੰਦਾ ਫਿੱਤਾ ਕਿਵੇਂ ਹੋ ਗਿਆ ਟਿਸ਼ੂ ਪੇਪਰ ਹੀ ਖਾ ਗਈ ਕੁਚੀ ਕੁਚੀ 'ਚ ਇੱਦਾਂ ਨੇ ਹੁਣ ਖਾ ਪੀ ਲਿਆ ਚਲੋ ਹੁਣ ਸੰਗਤ ਹੁਣ ਆਪਾਂ ਬਸ 10 ਮਿੰਟ ਵਿੱਚ ਪਹੁੰਚ ਜਾਣਾ ਬਹੁਤ ਜ਼ਿਆਦਾ ਟੇਸਟੀ ਸੀ ਚਲੋ ਫਟਾਫਟ ਹੁਣ ਗੇਟ ਖੁੱਲਣ ਦੀ ਆਵਾਜ਼ ਆਉਣ ਆਇਆ ਇੱਧਰੋਂ ਸਤਿ ਸ਼੍ਰੀ ਅਕਾਲ ਮਾਮੀ ਸਰਪ੍ਰਾਈਜ਼ ਕਿੱਦਾਂ ਲੱਗਿਆ ਸਾਡਾ ਕੱਲ ਨੂੰ ਵੀ ਨੀ ਆਉਣਾ ਕਿੱਦਾਂ ਪ੍ਰਭੂ ਸਾਡੇ ਕਰਕੇ ਗੇਟ ਖੁੱਲ੍ਹਾ ਛੱਡਿਆ ਸੀ ਮੈਂ ਕਿਹਾ ਮਾਮਾ ਬੇਚਾਰਾ ਸੁੱਤਾ ਮਾਮਾ ਇਹਨੇ ਰਹਿਣ ਦੇ ਨਹੀਂ ਠਾਲੇ ਰਹਿਣ ਦੇ ਰਹਿਣ ਦੇ ਉਠਾਈ ਨਾ ਸਵੇਰੇ ਲਵਾਂਗੇ ਉਹ ਸਰਪ੍ਰਾਈਜ਼ ਮੈਂ ਕਿਹਾ ਹਾਂਜੀ ਮਾਮਾ ਜੀ ਸੁਪਨਾ ਮਾਮਾ ਜੀ ਸੁਪਨਾ ਮਾਮਾ ਜੀ ਸੁਪਨਾ ਦੇਖ ਰਹੇ ਹੋ ਗੁੱਡ ਮਾਰਨਿੰਗ ਮਾਮਾ ਜੀ ਫਟਾਫਟ ਤਿਆਰ ਕਰ ਲਿਆ ਬਨਾਨਾ ਸ਼ੇਕ ਮਾਮੀ ਕਹੀ ਸੀ ਮੈਨੂੰ ਦੱਸ ਕੇ ਨੀ ਆਏ ਆਪਾਂ ਤਾਂ ਹੀ ਨੀ ਦੱਸਿਆ ਕਿ ਤੁਸੀਂ ਕਿੰਨਾ ਕੁਛ ਬਣਾ ਲੈਣਾ ਸੀ ਹਾਂ ਸਿੰਪਲ ਹੀ ਰੋਟੀ ਖਾਣੀ ਇਸ ਕਰਕੇ ਤੁਸੀਂ ਤਿਆਰੀਆਂ ਕਰੀ ਜਾਣੀ ਆਪਾਂ ਤਾਂ ਹੀ ਦੱਸਿਆ ਮਾਮੀ ਵਿਚਾਰੀ ਤਾਂ ਪਹਿਲੀ ਥੱਕੀ ਪਈ ਆ ਨਹੀਂ ਹੁਣ ਤਾਂ ਮੈਂ ਠੀਕ ਆ ਆ ਕੀ ਆ ਮਾਮੀ ਗੋਭੀ ਆ ਔਰ ਸਭ ਗੋਭੀ ਮਾਂ ਕਹਿੰਦੇ ਦੁੱਧ ਫਟ ਗਿਆ ਮਾਂ ਗੋਭੀ ਕੀ ਮਾਂ ਗੋਭੀ ਅੱਛਾ ਕੀ ਮਾਂ ਗੋਭੀ ਕਹਿੰਦੇ ਮੈਂ ਤਾਂ ਖਾਣੀ ਨਹੀਂ ਰੋਟੀ ਆ ਆਹੇ ਔਰ ਰਸਤੇ 'ਚ ਆਉਂਦੇ ਹੋਏ ਪਤਾ ਕਿ ਉਹ ਬਰਗਰ ਅਤੇ ਉਹ ਖਾ ਲਿਆ ਸੀ ਪੀਜ਼ਾ ਉਹੀ ਆਹ ਪਿਆ ਢਿੱਡ ਜੇ ਇੱਥੇ ਜੀ ਅੱਜ ਵੀ ਨਹੀਂ ਹੋਇਆ ਹੈਗਾ ਲਓ ਜੀ ਮਿਸਟਰ ਸਾਡੇ ਸੌਂ ਗਏ ਸੀ ਹੁੰਦੇ ਕਿਉਂਕਿ ਇਹਨਾਂ ਸਿਰ ਬਹੁਤ ਦਰਦ ਕਰ ਰਿਹਾ ਸੀ ਹੁਣ ਠੀਕ ਹੋ ਅਤੇ ਹੁਣ ਅਸੀਂ ਖਾ ਰਹੇ ਹਾਂ ਰੋਟੀ ਫਿਰ ਵੀ ਦੇਖ ਲਓ ਮਾਮੀ ਸਬਜ਼ੀ ਬਣਾਉਣ ਲੱਗੀ ਸੀ ਸਬਜ਼ੀ ਆਪਾਂ ਚੱਕ ਕੇ ਰੱਖਤੀ ਪਰ ਮਾਮੀ ਨੇ ਰਾਇਤਾ ਬਣਾ ਦਿੱਤਾ ਤੁਹਾਡੀ ਪਸੰਦ ਦਾ
ਮਾਮੀ ਨੇ ਰਾਇਤਾ ਬਣਾ ਦਿੱਤਾ ਕਿ ਮੁੰਡੇ ਨੇ ਰਾਇਤਾ ਖਾਣਾ। ਸਬਜ਼ੀ ਮੈਂ ਘਰ ਆਇਆ ਤਾਂ ਤੁਸੀਂ ਚਲੋ ਹੁਣ ਆਪਾਂ ਰੋਟੀ ਖਾ ਲਈਏ, ਬਹੁਤ ਜ਼ਿਆਦਾ ਥੱਕ ਹੋ ਗਿਆ ਅੱਜ ਤਾਂ, ਬਹੁਤ ਜ਼ਿਆਦਾ ਬੀਜੀ ਚੱਲਦੇ ਪਏ, ਦੋ ਦਿਨ ਹੋ ਗਏ ਨਾ। ਦੋ ਜੀ ਰੋਟੀ ਹੁਣ ਅਸੀਂ ਖਾ ਲਈ ਆ ਤੇ ਦੋ ਦਿਨ ਕਹਿੰਦੇ ਇੰਨੀ ਪਕਾਈ ਹੋਈ ਮੈਂ ਥੱਕ ਗਿਆ, ਹੁਣ ਪ੍ਰਭੂ ਵਿਚਾਰਾ ਸੇਵਾ ਕਰਨ ਲੱਗਾ ਪਿਆ ਆਪਣੇ ਚੀਚੇ ਦੀ। ਉਹਦਾ ਵਿਚਾਰਾ ਲੱਤਾਂ ਲੱਗਾ ਘੁੱਟਣ, ਸੇਵਾ ਹੋ ਰਹੀ ਹੈ। ਮਾਮਾ ਜੀ ਵਿਚਾਰੇ ਨੇ ਜਦੋਂ ਗਏ ਉਹਨਾਂ ਦੇ ਬਲੌਗ ਲੱਗ ਦਿੱਤੇ, ਮਾਮਾ ਕੰਟੀਨਿਊ ਬਲੌਗ ਜੀ, 11 ਵੱਜ ਗਏ, 9 ਵਜੇ ਦੇ ਬਲੌਗ ਚੱਲਦੇ ਪਏ ਆ ਨਾ ਮਾਮਾ ਜੀ। ਨਹੀਂ ਦੇਖਣੇ ਚਾਹੀਦੇ ਆਪਣੇ ਬੰਦਿਆਂ ਦੇ ਬਲੌਗ ਤਾਂ ਜ਼ਰੂਰ। ਹਾਂ ਸਾਰੇ ਜਣੇ ਦੇਖਿਆ ਕਰੋ, ਤੁਸੀਂ ਸ਼ੇਅਰ ਵੀ ਕਰਦਿਆ ਕਰੋ। ਹਾਂ ਜਿੱਥੇ ਤੱਕ WhatsApp ਦੇ ਉੱਪਰ ਸ਼ੇਅਰ ਕਰਦਿਆ ਕਰੋ, ਜਿੱਥੇ ਤੱਕ ਵੀ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਜਿਹੜੇ ਸਾਡੇ ਹੁਸ਼ਿਆਰਪੁਰੀਏ ਆ ਮੇਰੇ ਭਰਾ, ਬਸ ਜਿਹੜੇ ਮੇਰੇ ਜਾਣੂ ਆ ਬਹੁਤ ਬਰੋ, ਉਹ ਸਾਰੇ ਜਸ ਮੁੰਡੇ ਘੁੱਟਦਾ ਰਹੇ ਵੀ ਲੋੜ ਨੀ ਮੇਰਾ ਚਾਹ ਕਹਿੰਦੇ ਮੈਨੂੰ ਚਾਹ ਬਣਾ ਕੇ ਦੇ, ਮੈਂ ਤਾਂ ਬਹੁਤ ਜਿਆਦਾ ਥੱਕ ਗਿਆ। ਇੱਧਰ ਬਣ ਰਹੀ ਸਾਡੀ ਲੈਚੀਆਂ ਵਾਲੀ ਚਾਹ ਕੜਾਕੇਦਾਰ। ਲੋ ਜੀ ਚਾਹ ਪਣੀ ਰੈਡੀ ਆ ਤੇ ਹੁਣ ਸਾਰਿਆਂ ਨੇ ਪੀਏ ਚਾਹ, ਰਾਤ ਦੇ ਵੱਜ ਗਏ 11:30 ਹੋ ਗਏ ਅੱਜ।